कुलवंत सिद्धू ने भी अपने हलके में 2 दिन पहले ही राजीव गांधी जी का 74वां जन्मदिन मनाया और इस मौके पर कांग्रेस के सभी कार्यकर्ता मौजूद रहे। और इस दौरान जन्मदिन पर अवनीत बिट्टू ने कहा कि देखो, राजीव गांधी जी हमारे दिलों में है और देश के करोड़ों लोगों के दिलों में है और नौजवानों के दिलों में। आज खास तौर पे लुधियाना में भी जगह जगह पे उनको आज याद किया जाएगा और उनका जो दिन मनाया जाएगा। आज हलका आत्मनगर विखे श्री राजीव गांधी जी का 74वां जन्मदिन बड़ी श्रद्धा के उत्साह में मनाया जा रहा। ਇਹ ਤੁਸੀਂ ਉਹਨਾਂ ਦੇ ਜਨਮਦਿਨ ਪ੍ਰਤੀ ਕਾਂਗਰਸੀ ਲੀਡਰਾਂ ਦੇ ਵਿੱਚ ਇੰਨਾ ਜਾਂ ਵਰਕਰਾਂ ਜਿੰਨਾ ਉਤਸ਼ਾਹ ਹੈ ਵੀ ਤੁਸੀਂ ਇਹ ਦੇਖੋ ਵੀ 2 ਦਿਨ ਪਹਿਲਾਂ ਹੀ ਉਹਨਾਂ ਦੇ ਜਨਮਦਿਨ ਦੀ ਸੈਲੀਬ੍ਰੇਸ਼ਨ ਸ਼ੁਰੂ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਵੀ ਬੇਨਤੀ ਕਰਦਾ, ਸਾਡੀ ਜਿਹੜੇ ਸਮੁੱਚੇ ਮੰਤਰੀ ਮੰਡਲ ਨੂੰ, ਆਪਣੇ ਵਿਧਾਇਕ ਜਿਹੜੇ ਭਰਾ ਨੇ, ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਪੂਰੀ ਉਤਸ਼ਾਹ ਅਤੇ ਵੱਡੀ ਪੱਧਰ 'ਤੇ ਜਿਹੜਾ ਜਨਮਦਿਨ ਰਾਜੀਵ ਗਾਂਧੀ ਦਾ ਆਪਾਂ ਮਨਾਈਏ, ਕਿਉਂਕਿ ਕਾਂਗਰਸ ਦੀ 2019 ਦੇ ਵਿੱਚ ਸ਼੍ਰੀ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣ ਰਹੇ ਨੇ, ਉਸ ਨੂੰ ਇਸ ਦੇ ਨਾਲ ਜਿਹੜਾ ਭਰਵਾਂ ਹੁੰਗਾਰਾ ਮਿਲੇਗਾ ਜੀ।